ਤੁਸੀਂ ਤੁਹਾਡਾ ਇੱਕ ਰੋਮਾਂਟਿਕ ਡਾਇਲੋਗ ਹੈ ਨਾ, ਤੇ ਮੈਂ ਮੋਸਟਲੀ ਫਿਲਮ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ, ਮਤਲਬ ਤੁਹਾਡੇ ਹਾਵ ਭਾਵ ਵੀ ਹੋਰ ਹੁੰਦੇ ਨੇ, ਇੱਕ ਰੋਮਾਂਟਿਕ ਹੁੰਦਾ ਨਾ ਵਧੀਆ ਅੱਖਾਂ 'ਚ ਵੀ ਮਤਲਬ ਰੋਮਾਂਟਿਕਪਣ ਹੋਵੇ, ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ? ਮੇਰੀ ਆਵਾਜ਼ ਹੀ ਇੱਦਾਂ ਦੀ ਆ, ਮੇਰਾ ਅੱਖਾਂ ਨਸ਼ੇੜੀ ਬੁੱਲ ਮੋਟੇ, ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ, ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ, ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ। ਸ਼ਾਇਦ ਮੈਂ ਆਪਦਾ ਜਿਹੜਾ ਸਾਂਭਲਾਪਣ ਲੁਕਾਉਣ ਲਈ ਇੰਨਾ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਹੀ ਨਾ ਆਵੇ ਵੀ ਇਹਦੀ ਸ਼ਕਲ ਕਿੱਦਾਂ ਦੀ ਹੈ ਯਾਰ। ਔਰ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਸੁੱਚੇ ਸੂਰਮੇ ਦਾ, ਯਾਰਾਂ ਦੀ ਯਾਰੀ ਹੈ ਨਾ, ਜਿੱਥੇ ਖੜ ਗਏ ਉੱਥੇ ਅੜ ਗਏ, ਸਿਰਫ ਅਮਿਤੋਜ ਮਾਨ ਜੀ ਨਾਲ ਹੀ ਨਹੀਂ, ਮਨੀਸ਼ ਜੀ ਬੈਠੇ ਨੇ, ਬਬਲਾ ਬਾਜੀ ਨੇ, ਸੋ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਵੀ ਯਾਰੀਆਂ ਬੱਬੂ ਮਾਨ ਦੀਆਂ ਉੱਥੇ ਖੜੀਆਂ ਨੇ, ਵੀ ਆਪਾਂ ਐਗਜ਼ਾਮਪਲ ਦੇ ਸਕਦੇ ਕਿ ਯਾਰੀ ਹੋਵੇ ਤੇ ਉਹਦਾ ਦੀ ਜਾਨ ਦੇ ਵੀ ਦਈਏ ਤੇ ਲੈ ਵੀ ਲਈਏ। ਦੇਖੋ ਜ਼ਿੰਦਗੀ 'ਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਗਰੋ ਕਰਦੇ ਹੋ, ਕੰਮ ਕਰਦੇ ਹੋ, ਪ੍ਰੋਫੈਸ਼ਨ 'ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ, ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ, ਪਰ ਜਦੋਂ ਅਸੀਂ ਪਲ ਪਲ ਜਿਉਂਦੇ ਹਾਂ ਤਾਂ ਇਹ ਬਹੁਤ ਲੰਬਾ ਹੈ, ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ। ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ, ਉਹਦੀ ਕੌੜੀ ਨਿਕਲ ਗਏ ਚੈਨ ਨੂੰ ਟਾਈਟ ਕਰ, ਇਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ ਦੋਸਤ ਉਹੀ ਨਿਭਦੇ ਆ ਜਿਹੜੇ ਤੁਹਾਡੇ ਵਰਗੇ ਹੁੰਦੇ ਆ, ਜਿਹਨਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ, ਜਿਹਨਾਂ ਖਿਆਲਾਂ 'ਚ ਬਹਿਸ ਹੋਣ ਲੱਗ ਜਾਏ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ। ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਘੀ ਹੈ, ਬਹੁਤੀ। ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ, ਉਦੋਂ ਸੰਘਰਸ਼ ਦਾ ਦੌਰ ਸੀ, ਜਦੋਂ ਅਸੀਂ ਛੋਟੀ ਉਮਰੇ ਸੀ, ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ, ਅਸੀਂ ਉਹਨਾਂ ਦੇ ਸਪੋਰਟਰ ਸੀ। ਸੋ ਉਸ ਦੌਰ 'ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ। ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ, ਗਹਿਣੇ ਹਮੇਸ਼ਾ ਬੰਦਾ ਸਾਂਭ ਕੇ ਰੱਖਦਾ। ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਹੈ ਕਮਾਏ ਆ, ਸ਼ਿਕਵੇ ਵੀ ਹੋ ਜਾਂਦੇ ਹਾਂ ਅਸੀਂ, ਕਈ ਵਾਰੀ ਗੁੱਸੇ ਵੀ ਹੋ ਜਾਂਦੇ ਹਾਂ। ਇਹ ਸਮੀਰ ਵੀ ਬਹੁਤ ਸਾਲਾਂ ਤੋਂ, ਵੈਨ ਹੀ ਸਟਾਰਟਡ ਹਿਸ ਕੈਰੀਅਰ ਉਦੋਂ ਤੋਂ ਅਸੀਂ ਵਾਕਫ ਹੈ। ਤੋ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਨੋਕ ਝੋਕ ਹੁੰਦੀ ਹੈ, ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵੱਧ ਲਵਾਉਣੇ ਮੇਰੇ ਨਾਲ, ਮੈਂ ਇਹਨੂੰ ਫਿਰ ਕਈ ਵਾਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੇ ਨਿਭਾਉਣੇ। ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੁੜਿਆ ਹੈ, ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪੂਰਾ ਇਸ ਸੋ ਹੈਪੀ ਨਾਓ। ਸੋ ਪਰਮਾਤਮਾ ਕਰੇ, ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤੇ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ, ਇਹ ਸਾਡੇ ਸ਼ਰਮਾ ਜੀ ਅਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ, ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਅਤੇ ਉਹਦੀ ਵੀ ਫਿਲਮ ਆਉਣੀ ਆ। ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਜਾਂ ਆਰਟਿਸਟ ਆਪਣੀ ਗੱਲ ਕਰਦਾ, ਪਰ ਮੈਨੂੰ ਜਿਹੜੇ ਮੇਰੇ ਆਪਣੇ, ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਆ ਸ਼ਾਹਕੋਟ, ਉਹ ਵੀ ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀਰ ਹੈ।